एक सर्वे के मुताबिक देखा जाता है कि उन्ना दुध पैदा नहीं होता जिन्ना लोग पी जाते हैं। फिर वो की पी जाते हैं? वो जहर पीते हैं जी। सारा सिंथेटिक दुध तैयार होता है, ये आम घर भी तैयार होता है। ये बहुत मतलब गौर रखनी पैंदी है दुध की, ता सानू भी एक नंबर दुध तैयार करना पैंदा गा। वो रातों रात चाहे 5 क्विंटल 10 क्विंटल दुध तैयार कर देंगे ने। यह फार्मा बैठिया बड़िया बड़िया जो दुध तैयार कर दियां ने। असी लस्सी तैयार कर रहे हैं जी, जिहड़ा सपरेटा दुध होगा उहदे विचों मतलब दुध की असी लस्सी तैयार करांगे दही लगा के, ते बाकी इहदे चों घिओ तैयार होगा, जो क्रीम निकलूगी उहदे तों असी घिओ तैयार करांगे। अच्छा। हाँ जी, ये लस्सी साडी दुकान ते शॉप ते मतलब रिटेल च बिक जांदी आ, ते जिहड़ी क्रीम हुंदी आ उस तों असी घिओ तैयार कर लैंदे आ। ये मैं देख पा रहा कि दो राह जा रहे ने, आ आ घिओ जा रहा जिहड़ा, आ इधर घिओ जा रहा ते इधरली साइड दुध जा रहा जो बिना क्रीम तो घिओ तो। हाँ जी हाँ जी, एक साइड दे आ खोआ बन रहा है। ये तुसी मैं शॉर्ट्स तुसी देखे होंगे कि पहला जो दुध नू पाया गया असी उदों, ते उस तो बाद जदों दी मशीन चल रही है कि लगातार चलती गई, ते हुण खोआ आ जिहड़ा थोड़ा थोड़ा निकलना भी शुरू हो चुकिया। ਭਾਜੀ ਫਿਰ ਖੋਏ ਦੀ ਵੀ ਫਿਰ ਆਪਾਂ ਫੁੱਲ ਗਰੰਟੀ ਲੈ ਰਹੇ ਹਾਂ? ਹਾਂ ਜੀ ਪੂਰੀ, ਸੋ 100% ਗਰੰਟੀ ਆ ਖੋਏ ਦੀ ਆਪਣੀ। ਇਹਨਾਂ ਦਾ ਘਿਓ ਦਿਖਾਓ ਮੜਾ ਜਿਹਾ, ਘਿਓ ਇਹਨਾਂ ਦਾ ਪੂਰਾ ਟੌਪ ਦਾ ਘਿਓ ਹੁੰਦਾ ਗਾ। ਗੱਲ ਤੇ ਆ ਰਹੇ ਹਾਂ ਕਿ ਘਿਓ ਦਾ ਰੇਟ ਦੇ ਵਿੱਚ ਵੀ ਬੜਾ ਮਹਿੰਗਾ ਮਿਲ ਜਾਣਾ ਭਾਈ, ਉਹ ਬੜਾ ਮਹਿੰਗਾ ਦੇਸੀ ਘਿਓ ਆਏ ਆ ਜੀ, ਦੇਸੀ ਘਿਓ ਆ ਹੁਣ, ਇਹ ਵੀ ਦੇਸੀ ਘਿਓ ਆ ਇਹ। पनीर दी पहचान तां वैसे कोई नहीं हैगी, आम जिहड़ा डुप्लीकेट पनीर भी आउंदा कोई उहदे पहचान तां है नहीं वैसे, पर ਸਾਡਾ ਜਿਹੜਾ ਪਨੀਰ ਆ ਅਸੀਂ ਮਤਲਬ ਫੁੱਲ ਫੈਟ 'ਚ ਤਿਆਰ ਕਰਦੇ ਹਾਂ। ਫੁੱਲ ਫੈਟ ਮੈਂ ਤੁਹਾਡੀ ਗੱਲ ਸਮਝ ਗਿਆ, ਹੁਣ ਜਿਵੇਂ ਆ ਬਾਈ ਜੀ ਨੇ ਤੋੜਿਆ ਪੀਸ, ਇਹਦੇ ਵਿੱਚ ਹੁਣ ਜਿਵੇਂ ਆਪਾਂ ਦੇਖ ਸਕਦੇ ਇਹ ਕਿਵੇਂ ਦਾ ਕਹਿ ਸਕਦੇ ਹਾਂ ਕਿ ਤੋੜ ਕੇ ਆਪਾਂ ਨੂੰ ਮਾੜਾ ਮੋਟਾ ਤਾਂ ਪਤਾ ਚੱਲੇ? ਟੇਸਟ ਦਾ ਬਹੁਤ ਫਰਕ ਹੁੰਦਾ, ਜਿਹੜਾ ਮਾਰਕੀਟ 'ਚ ਆਮ ਡੁਪਲੀਕੇਟ ਪਨੀਰ ਆਉਂਦਾ ਹੈਗਾ ਉਹਦੇ ਔਰ ਇਹਦੇ ਟੇਸਟ 'ਚ ਬਹੁਤ ਫਰਕ ਹੋਊਗਾ, ਇਹ ਖਾਣ 'ਚ ਬਹੁਤ ਟੇਸਟੀ ਹੋਊਗਾ। ਅਸੀਂ ਪਨੀਰ ਤਿਆਰ ਕਰ ਲਿਆ। ਅੱਛਾ। ਪਨੀਰ ਜਦੋਂ ਤਿਆਰ ਕਰ ਗਿਆ ਉਹ ਪੈ ਗਿਆ ਸਾਨੂੰ 210 ਰੁਪਈਆਂ ਨੂੰ, ਖੁਦ ਨੂੰ ਆਪ ਤਿਆਰ ਕੀਤਾ? ਆਪ ਤਿਆਰ ਕੀਤਾ, ਕਿਉਂਕਿ ਪਿਓਰ ਆਪਦਾ ਦੁੱਧ ਸੀ, ਪਿਓਰ ਹੀ ਕੀਤਾ, ਹੁਣ ਵੀ ਪਿਓਰ ਹੀ ਕਰ ਦਿਆਂਗੇ। ਤੇ ਜਦੋਂ ਇਹ ਕਹਿੰਦਾ ਵੀ ਸ਼ੇਰਪੁਰ ਚੱਲੀ ਯਾਰ ਮੇਰੇ ਨਾਲ, ਵੀ ਉਹ ਆਪਾਂ ਹੋਟਲ ਵਾਲਿਆਂ ਨੂੰ ਪੁੱਛ ਕੇ ਆਵਾਂਗੇ ਜਾ ਕੇ ਵੀ ਆਪਾਂ ਤੋਂ ਪਨੀਰ ਲੈ ਲਿਆ ਕਰਨਗੇ। ਜਦੋਂ ਉਹਨਾਂ ਨੂੰ ਰੇਟ ਪੁੱਛਿਆ ਕਹਿੰਦੇ 160 ਨੂੰ ਤਾਂ ਸਾਨੂੰ ਬੰਦਾ ਤਪੇ ਤੋਂ ਬਰਨਾਲੇ ਤੋਂ ਪਹੁੰਚ ਕਰਕੇ ਜਾਂਦਾ ਸਾਰੀਆਂ ਦੁਕਾਨਾਂ ਦੇ ਵਿੱਚ। ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਪਿਓਰ ਦੁੱਧ ਤਿਆਰ ਕੀਤਾ 210 ਦਾ। ਹਾਂਜੀ। ਤੇ ਉਹਨਾਂ ਕੋਲੋਂ ਕੋਈ ਹੋਰ ਬੰਦਾ ਦੇ ਕੇ ਜਾ ਰਿਹਾ ਹੈ? ਜ਼ਿਆਦਾਤਰ ਚੀਨੀ ਉਹ ਵੇਚੀ ਜਾਂਦੇ ਨੇ, ਜਿੰਨੇ ਵੀ ਹੋਟਲ ਵਾਲੇ ਆ ਕੋਈ ਵੀ ਆ ਚੀਨੀ ਵੱਧ ਪਾ ਕੇ ਤਿਆਰ ਕਰੀ ਜਾਂਦੇ ਆ, ਅੱਧ ਉਹਦੀ ਚੀਨੀ 'ਚ ਪਾ ਦਿੰਦੇ ਆ। ਇਹਦੇ ਵਿੱਚ ਬਿਲਕੁਲ ਨੋਰਮਲ 150-200 ਗ੍ਰਾਮ ਚੀਨੀ ਪਾ ਕੇ ਤਿਆਰ ਕਰੀ ਵੀ ਬਰਫੀ ਹੈ। ਇੱਕ ਗੱਲ ਮੈਂ ਤੁਹਾਨੂੰ ਦਰਸ਼ਕੋ ਜ਼ਰੂਰ ਦੱਸਾਂ ਕਿ ਬਰਫੀ ਨੂੰ ਜਿਵੇਂ ਹੀ ਆਪਾਂ ਮਤਲਬ ਮੂੰਹ 'ਚ ਵਿੱਚ ਰੱਖਦੇ ਹਾਂ ਨਾ, ਜਿਵੇਂ ਐਂ ਨਹੀਂ ਹੈਗਾ ਕਿ ਬਹੁਤ ਚੱਪਣੀ ਪੈਣੀ ਆ ਜਾਂ ਐਂ ਕੁਛ ਕਰਨਾ, ਮੂੰਹ 'ਚ ਰੱਖਦੇ ਸਾਰੇ ਐਂ ਪਿਘਲ ਜਾਂਦੀ ਆ ਜਿਵੇਂ ਬਰਫ਼ ਪਿਘਲਦੀ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਰਹਿਮਤ ਟੀਵੀ ਨਾਲ ਜੁੜੇ ਹੋ ਅਤੇ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ। ਅੱਜ ਆਪਾਂ ਗੱਲ ਕਰਾਂਗੇ ਉਸ ਪਦਾਰਥ ਦੀ ਜੋ ਹਰ ਇੱਕ ਘਰ ਦੀ ਰਸੋਈ ਦੇ ਵਿੱਚ ਪਾਇਆ ਜਾਂਦਾ, ਜੋ ਹਰ ਇੱਕ ਘਰ ਦੇ ਆਪਣੇ ਘਰ ਦੀ ਆਪਣੀ ਮਾਂ ਆਪਣੇ ਮਾਂ ਬਾਪ ਇਹ ਕਹਿੰਦੇ ਨੇ ਕਿ ਭਾਈ ਖਾਇਆ ਪੀਆ ਕਰ, ਦੁੱਧ ਦੱਧ ਪੀਆ ਕਰ, ਤੰਦਰੁਸਤ ਹੋ ਜਾਏਗਾ, ਤੰਦਰੁਸਤ ਹੋਏਗਾ, ਤਕੜਾ ਹੋ ਜਾਏਗਾ। ਪਰ ਜੇ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਮੈਂ ਦੁੱਧ ਦੀ ਉਹੀ ਗੱਲ ਕਰਦਾ, ਦੁੱਧ ਇੱਕ ਐਸੀ ਚੀਜ਼ ਹੈ ਜੋ ਹਰ ਇੱਕ ਬੱਚੇ ਨੂੰ ਦਿੱਤੀ ਜਾਂਦੀ ਹੈ, ਬੱਚੇ ਤੋਂ ਲੈ ਕੇ ਬੁੜੇ ਤੱਕ ਨੂੰ। ਜਦੋਂ ਬੰਦਾ ਬੁੜਾ ਵੀ ਹੋ ਜਾਂਦਾ ਨਾ, ਫਿਰ ਵੀ ਉਹਨੂੰ ਕਿਹਾ ਜਾਂਦਾ ਕਿ ਤੂੰ ਭਾਈ ਇੱਕ ਗਲਾਸ ਦੁੱਧ ਦਾ ਪੀ ਲਿਆ ਕਰ ਫਿਰ ਵੀ। ਪਰ ਜੇ ਆਪਾਂ ਗੱਲ ਕਰਦੇ ਹਾਂ ਅਖਬਾਰਾਂ ਦੀ ਸੁਰਖੀਆਂ ਦੇ ਵਿੱਚ, ਅਖਬਾਰਾਂ ਦੇ ਪੰਨਿਆਂ ਦੇ ਵਿੱਚ
ਪੜ੍ਹਨ ਨੂੰ ਦੇਖਣ ਨੂੰ ਮਿਲ ਜਾਂਦਾ, ਟੀਵੀਆਂ ਦੇ ਉੱਤੇ ਵੀ ਦੇਖਣ ਨੂੰ ਮਿਲ ਜਾਂਦਾ ਕਿ ਭਾਈ ਇੰਨੇ ਇੰਨਾ ਦੁੱਧ ਖਰਾਬ ਫੜਿਆ ਗਿਆ, ਇੰਨਾ ਮਿਲਾਵਟੀ ਫੜਿਆ ਗਿਆ, ਇੰਨਾ ਗਲਤ ਚੀਜ਼ ਫੜੀ ਗਈ। ਬਹੁਤ ਇਹੋ ਜਿਹੀਆਂ ਖਬਰਾਂ ਜਦੋਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਮਨ ਦੇ ਵਿੱਚ ਇੱਕ ਡਾਊਟ ਐਸਾ ਆ ਜਾਂਦਾ, ਜਦੋਂ ਆਪਾਂ ਦੁੱਧ ਦਾ ਗਲਾਸ ਆਪਣੇ ਹੱਥ 'ਚ ਫੜਿਆ ਹੁੰਦਾ ਤਾਂ ਇਹ ਸੋਚ ਲੈਂਦੇ ਹਾਂ ਕਿ ਭਾਈ ਇਹਦੇ ਵਿੱਚ ਪਤਾ ਨਹੀਂ ਕੀ ਪਾਇਆ ਹੋਇਆ, ਇਹ ਸ਼ੁੱਧ ਹੈਗਾ ਵੀ ਆ ਜਾਂ ਨਹੀਂ ਹੈਗਾ। ਕਈ ਵਾਰ ਆਪਾਂ ਖੁਦ ਦੇਖ ਲੈਂਦੇ ਹੁੰਦੇ ਹਾਂ ਕਿ ਕਈ ਵਾਰ ਆਪਾਂ ਆਪ ਹੀ ਦੁੱਧ ਪਾਈਦਾ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਕਿਤੇ ਨਾ ਕਿਤੇ ਕੁਝ ਐਸੇ ਛਣ ਜਿਹੇ ਮਿਲ ਜਾਂਦੇ ਨੇ ਕਿ ਯਾਰ ਐਂ ਲੱਗਦਾ ਜਿਵੇਂ ਕੁਛ ਪਾਊਡਰ ਸ਼ੌਡਰ ਜਿਹਾ ਪਾਇਆ ਹੋਵੇ। ਇਹੋ ਜਿਹੀਆਂ ਬਹੁਤ ਚੀਜ਼ਾਂ ਨੇ। ਅਖਬਾਰ ਦੇ ਵਿੱਚ ਇੱਕ ਸਰਵੇ ਦੇ ਮੁਤਾਬਿਕ ਇਹ ਵੀ ਦੱਸਿਆ ਜਾਂਦਾ ਹੈ ਕਿ ਜਿੰਨਾ ਦੁੱਧ ਆਪਾਂ ਪੰਜਾਬ ਜਾਂ ਭਾਰਤ ਦੇ ਵਿੱਚ ਜਿੰਨਾ ਪੈਦਾਵਾਰ ਹੁੰਦੀ ਹੈ ਉਹਦੇ ਨਾਲੋਂ ਵੱਧ ਦੁੱਧ ਲੋਕ ਪੀਂਦੇ ਨੇ, ਫਿਰ ਉਹ ਪੂਰਾ ਕਿਵੇਂ ਹੋ ਰਿਹਾ? ਸਾਰੀਆਂ ਗੱਲਾਂ ਬਾਤਾਂ ਗੱਲਬਾਤ ਕਰਾਂਗੇ। ਸਾਡੇ ਨਾਲ ਰਵਨੀਤ ਜੀ ਹੋਣਗੇ ਅਤੇ ਰਿੰਕੂ ਵੀਰਾ ਹੋਊਗਾ। ਹੁਣ ਤੁਸੀਂ ਦੇਖ ਸਕਦੇ ਹੋ ਕੰਮ ਕਾਰ ਚੱਲ ਰਿਹਾ ਅਤੇ ਉਰੇ ਲੱਗੇ ਹੋਏ ਨੇ ਆਪਾਂ। ਸਾਡੇ ਨਾਲ ਬਾਈ ਜੀ ਨੇ, ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਠੀਕ ਹੈ ਜੀ, ਵਧੀਆ ਜੀ। ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਬਾਈ ਜੀ? ਵੀਰੇ ਮੈਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਕਿ ਇੱਕ ਸਰਵੇ ਦੇ ਮੁਤਾਬਿਕ ਦੇਖਿਆ ਜਾਂਦਾ ਆ ਕਿ ਮੰਨ ਲਓ ਇੰਨਾ ਦੁੱਧ ਪੈਦਾ ਨਹੀਂ ਹੁੰਦਾ ਜਿੰਨਾ ਲੋਕ ਪੀ ਜਾਂਦੇ ਨੇ, ਫਿਰ ਉਹ ਕੀ ਪੀ ਜਾਂਦੇ ਨੇ? ਉਹ ਜ਼ਹਿਰ ਪੀਂਦੇ ਨੇ ਜੀ, ਜਿਹੜਾ ਪਾਊਡਰ ਤੋਂ ਮੰਨ ਕੇ ਤਿਆਰ ਹੁੰਦਾ ਦੁੱਧ। ਇਹ ਆਪਣਾ ਆਪਦਾ ਡੰਗਰ ਰੱਖੇ ਹੋਏ ਨੇ ਇਹ ਵੀਰੇ ਨੇ, ਠੀਕ ਹੈ। ਪਹਿਲਾਂ ਇਕੱਲੇ ਡੰਗਰ ਹੀ ਰੱਖੇ ਸੀ ਇਹਨੇ, ਡਾਇਰੀ 'ਤੇ ਦੁੱਧ ਪਾਉਂਦਾ ਸੀ। ਉਦੋਂ ਬਾਅਦ ਜਦੋਂ ਸਾਨੂੰ ਦੁੱਧ ਰੇਟ ਨਹੀਂ ਮਿਲਿਆ ਹੈਗਾ, ਫਿਰ ਅਸੀਂ ਆਪਦਾ ਸਿਸਟਮ ਲਿਆਂਦਾ, ਠੀਕ ਹੈ। ਘਿਓ ਘਰ ਦਾ ਕੱਢਦੇ ਨੇ ਇਹ, ਠੀਕ ਹੈ। ਦਹੀਂ, ਪਨੀਰ, ਮੱਖਣ ਸਾਰਾ ਕੁਛ ਆਪਦਾ ਕਰਦੇ ਨੇ, ਪ੍ਰੋਸੈਸਿੰਗ ਆਪਦਾ ਹੀ ਕਰਦੇ ਨੇ ਸਾਰੀ। ਰਵਨੀਤ ਵੀਰੇ, ਜਿਵੇਂ ਮੈਂ ਇੱਕ ਹੋਰ ਚੀਜ਼ ਬਹੁਤ ਆਸਾਨੀ ਨਾਲ ਦੇਖ ਲੈਂਦਾ ਹੁੰਦਾ ਕਿ ਮੰਨ ਲਓ ਕੋਈ ਔਡਰ ਆਇਆ, ਮੰਨ ਲਓ ਮੈਂ ਵਿਆਹ ਦੇ ਵਿੱਚ ਨੌਲੇਜ ਹੋਇਆ, ਘਰ ਦੇ ਵਿੱਚ ਕੋਈ ਫੰਕਸ਼ਨ ਆਇਆ, ਚਲੋ ਹੈ ਨਾ ਕੋਈ ਵੀ ਫੰਕਸ਼ਨ ਹੋਵੇ ਆਪਣੇ ਘਰ ਦੇ ਵਿੱਚ, ਪਾਰਟੀ ਆ ਜਾਂ ਕੋਈ ਹੋਰ ਗੱਲਬਾਤ ਹੋਵੇ, ਮੈਂ ਫੋਨ ਕੀਤਾ ਡੈਰੀ ਵਾਲੇ ਨੂੰ ਕਿ ਲਓ ਜੀ ਮੈਨੂੰ ਚਾਹੀਦਾ 5 ਕੁਇੰਟਲ ਦੁੱਧ ਸਵੇਰ ਨੂੰ, ਜਾਂ ਕਹਿ ਦਈਏ ਕਿ ਭਾਈ ਮੈਨੂੰ ਇੰਨੇ 90 ਕਿਲੋ ਜਾਂ 100 ਕਿਲੋ ਚਾਹੀਦਾ। ਅਗਲਾ ਰਾਤੋਂ ਰਾਤ ਪੈਦਾ ਕਰ ਦਿੰਦਾ, ਇਹ ਕਿਵੇਂ? ਇਹ ਸਾਰਾ ਸਿੰਥੈਟਿਕ ਦੁੱਧ ਤਿਆਰ ਹੁੰਦਾ, ਇਹ ਆਮ ਘਰਾਂ ਦੇ ਵਿੱਚ ਵੀ ਤਿਆਰ ਹੁੰਦਾ। ਇਹ ਬਹੁਤ ਮਤਲਬ ਗੌਰ ਰੱਖਣੀ ਪੈਂਦੀ ਆ ਦੁੱਧ ਦੀ, ਤਾਂ ਸਾਨੂੰ ਵੀ 1 ਨੰਬਰ ਦੁੱਧ ਤਿਆਰ ਕਰਨਾ ਪੈਂਦਾ ਹੈਗਾ। ਅਤੇ ਆਮ 2 ਨੰਬਰ ਦਾ ਦੁੱਧ ਮਾਰਕੀਟ ਦੇ ਵਿੱਚ ਬਹੁਤ ਆਉਂਦਾ, ਜਿਹਦੇ ਨਾਲ ਪਨੀਰ ਤਿਆਰ ਕਰਿਆ ਜਾਂਦਾ ਹੈਗਾ, ਅਤੇ ਉਹ ਰਾਤੋਂ ਰਾਤ ਚਾਹੇ 5 ਕੁਇੰਟਲ 10 ਕੁਇੰਟਲ ਦੁੱਧ ਤਿਆਰ ਕਰ ਦਿੰਦੇ ਨੇ। ਇਹ ਜਿਹੀਆਂ ਫਰਮਾਂ ਬੈਠੀਆਂ ਵੱਡੀਆਂ ਜਿਹੜੀਆਂ ਦੁੱਧ ਤਿਆਰ ਕਰਦੀਆਂ ਨੇ ਅਤੇ ਪਨੀਰ ਤਿਆਰ ਕਰਦੀਆਂ ਨੇ, ਉਹਨਾਂ ਕਰਕੇ ਅੱਜ ਦੇ ਟਾਈਮ 'ਚ ਆਮ ਜਿਹੜਾ ਇਨਸਾਨ ਆ ਉਹਨੂੰ ਵੀ ਬਹੁਤ ਦਿੱਕਤ ਆਉਂਦੀਆਂ। ਉਹ ਬਹੁਤ ਘੱਟ ਰੇਟ ਦੇ ਵਿੱਚ ਪਨੀਰ ਦਿੰਦੇ ਨੇ ਅਤੇ ਕੋਈ ਵੀ ਚੀਜ਼ ਆ ਅਤੇ ਬਹੁਤ ਘੱਟ ਉਹ 'ਤੇ ਤਿਆਰ ਕਰਕੇ ਦੇ ਦਿੰਦੇ ਨੇ, ਕਿਉਂ 2 ਨੰਬਰ ਦਾ ਮਾਲ ਆ, ਬਹੁਤ ਘੱਟ ਰੇਟ 'ਤੇ ਤਿਆਰ ਹੋ ਜਾਂਦਾ, ਇਹਦਾ ਸਾਨੂੰ ਵੀ ਬਹੁਤ ਸਾਹਮਣਾ ਕਰਨਾ ਪੈਂਦਾ। ਹੁਣ ਇੱਕ ਗੱਲ ਹਮੇਸ਼ਾ ਮੈਂ ਦੇਖ ਲੈਂਦਾ ਹੁੰਦਾ, ਹੁਣ ਮੰਨ ਲਓ ਮੰਨ ਲਓ 2 ਨੰਬਰ ਜੇ ਤੁਸੀਂ ਕਹਿ ਰਹੇ ਹੋ ਕਿ ਤਿਆਰ ਕਰਦੇ ਨੇ, ਪਰ ਜਾਂਦਾ ਤੁਸੀਂ ਪਾਓ ਪਾਓ ਕੋਈ ਗੱਲ ਨਹੀਂ, ਕੰਮ ਜ਼ਰੂਰ ਕਰੋ। ਜੇ ਮੰਨ ਲਓ ਵੀਰੇ 2 ਨੰਬਰ 'ਚ ਤਿਆਰ ਕਰਨ ਨੂੰ ਕਹਿੰਦੇ ਨੇ, ਪਰ ਇੱਕ ਚੀਜ਼ ਤਾਂ ਇਹ ਵੀ ਆ ਜਾਂਦੀ ਹੈ ਕਿ ਜਾਂਦਾ ਤਾਂ ਪਿੰਡਾਂ ਦੇ ਵਿੱਚੋਂ ਹੀ ਆ। ਬਿਲਕੁਲ ਜੀ ਬਿਲਕੁਲ ਵੀਰੇ, ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਮੈਂ ਅਤੇ ਰਮਨੀਤ ਨੇ, ਇਹ ਸਮਾਨ ਲੈ ਕੇ ਆਏ ਅਸੀਂ ਪਨੀਰ ਤਿਆਰ ਕਰ ਲਿਆ। ਅੱਛਾ, ਪਨੀਰ ਜਦੋਂ ਤਿਆਰ ਕਰ ਗਿਆ ਉਹ ਪੈ ਗਿਆ ਸਾਨੂੰ 210 ਰੁਪਈਆਂ ਨੂੰ, ਖੁਦ ਨੂੰ ਤਿਆਰ ਕੀਤਾ, ਕਿਉਂਕਿ ਪਿਓਰ ਆਪਦਾ ਦੁੱਧ ਸੀ, ਪਿਓਰ ਹੀ ਕੀਤਾ, ਹੁਣ ਵੀ ਪਿਓਰ ਹੀ ਕਰ ਦਿਆਂਗੇ। ਅਤੇ ਜਦੋਂ ਇਹ ਕਹਿੰਦਾ ਵੀ ਸ਼ੇਰਪੁਰ ਚੱਲੀ ਯਾਰ ਮੇਰੇ ਨਾਲ, ਵੀ ਆਪਾਂ ਹੋਟਲ ਵਾਲਿਆਂ ਨੂੰ ਪੁੱਛ ਕੇ ਆਵਾਂਗੇ ਜਾ ਕੇ ਵੀ ਆਪਾਂ ਤੋਂ ਪਨੀਰ ਲੈ ਲਿਆ ਕਰਨਗੇ। ਜਦੋਂ ਉਹਨਾਂ ਨੂੰ ਰੇਟ ਪੁੱਛਿਆ ਕਹਿੰਦੇ 160 ਨੂੰ ਤਾਂ ਸਾਨੂੰ ਬੰਦਾ ਤਪੇ ਤੋਂ ਬਰਨਾਲੇ ਤੋਂ ਪਹੁੰਚ ਕਰਕੇ ਜਾਂਦਾ ਸਾਰੀਆਂ ਦੁਕਾਨਾਂ ਦੇ ਵਿੱਚ। ਮਤਲਬ ਮੈਂ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਪਿਓਰ ਦੁੱਧ ਤਿਆਰ ਕੀਤਾ 210 ਦਾ, ਹਾਂਜੀ, ਤੇ ਉਹਨਾਂ ਕੋਲੋਂ ਕੋਈ ਹੋਰ ਬੰਦਾ ਦੇ ਕੇ ਜਾ ਰਿਹਾ ਹੈ, ਸਾਰਾ ਮਾਲ ਹੀ ਨਕਲੀ ਆ, ਹੋਸਪਿਟਲ ਪਾਉਣ ਦੀ ਲੋੜ ਨੀ ਹੈਗੀ ਸਰਕਾਰ ਨੂੰ। ਜਿਹੜੇ ਆਪਾਂ ਹੋਸਪਿਟਲ ਕਹੀਏ ਨਾ ਵੀ ਹੋਸਪਿਟਲ ਬਣਾਓ, ਐਂ ਕਰੋ, ਦੁੱਧ ਹੀ ਫੜਿਆ ਜਾਵੇ, ਖਾਣ ਵਾਲੀਆਂ ਚੀਜ਼ਾਂ ਦੀ ਮੰਨ ਲਓ ਸਕੰਜਾ ਇਹੋ ਜਿਹਾ ਕਸਿਆ ਜਾਵੇ, ਕਿਉਂਕਿ ਖਾਣੀ ਤਾਂ ਬੰਦਿਆਂ ਨੇ ਨਾ, ਆਪਾਂ ਜਵਾਕ ਨੂੰ ਤਗੜਾ ਕਰਨ ਵਾਸਤੇ ਦੁੱਧ ਪਿਆਉਣੇਗੇ, ਠੀਕ ਹੈ ਨਾ। ਉਹ ਪਿਆ ਆਪਾਂ ਜ਼ਹਿਰ ਰਹਾਂਗੇ, ਚਾਹੇ ਆਪਾਂ ਵਿਆਹ ਦੇ ਉੱਤੇ 10 ਲੱਖ ਰੁਪਇਆ ਲਾਉਣੇ ਆ, 15 ਲਾਉਣੇ ਆ, ਠੀਕ ਆ, ਸਾਰਾ ਪਨੀਰ ਨਕਲੀ ਹੁੰਦਾ, ਸਾਰਾ ਦੁੱਧ ਨਕਲੀ ਹੁੰਦਾ ਗਾ, ਉਹ ਆਪਣੇ 'ਤੇ ਹੀ ਹੋਊਗਾ ਨਾ, ਉਹ ਖਾਣਾ ਵੀ ਤਾਂ ਖਾਣਾ ਤਾਂ ਆਪਾਂ ਨਹੀਂ ਆ ਉਹ। ਜਿਵੇਂ ਮੈਂ ਆਹ ਦੇਖ ਪਾ ਰਿਹਾ, ਇਹ ਭਾਜੀ ਤੁਸੀਂ ਕੀ ਤਿਆਰ ਕਰ ਰਹੇ ਹੋ? ਇਹ ਦੱਸੀ ਬਾਈ, ਅਸੀਂ ਲੱਸੀ ਤਿਆਰ ਕਰ ਰਹੇ ਹਾਂ ਜੀ, ਜਿਹੜਾ ਸਪਰੇਟਾ ਦੁੱਧ ਹੋਊਗਾ ਉਹਦੇ ਵਿੱਚੋਂ ਮਤਲਬ ਉਹ ਦੁੱਧ ਦੀ ਅਸੀਂ ਲੱਸੀ ਤਿਆਰ ਕਰਾਂਗੇ ਦਹੀਂ ਲਗਾ ਕੇ, ਅਤੇ ਬਾਕੀ ਇਹਦੇ 'ਚੋਂ ਘਿਓ ਤਿਆਰ ਹੋਊਗਾ, ਜੋ ਕਰੀਮ ਨਿਕਲੂਗੀ ਉਹਦੇ ਤੋਂ ਅਸੀਂ ਘਿਓ ਤਿਆਰ ਕਰਾਂਗੇ।
हाँ जी, ये लस्सी साड़ी दुकान ते शॉप ते मतलब रिटेल च बिक जाती है, तो जिहड़ी क्रीम हुंदी उस तों असीं घिओ तैयार कर लैंदे आ। ਇਹ ਮੈਂ ਦੇਖ ਪਾ ਰਿਹਾ ਕਿ ਦੋ ਰਾਹ ਜਾ ਰਹੇ ਨੇ, ਆਹ ਘਿਓ ਜਾ ਰਿਹਾ ਜਿਹੜਾ, ਆਹ ਇੱਧਰ ਘਿਓ ਜਾ ਰਿਹਾ ਤੇ ਇੱਧਰਲੀ ਸਾਈਡ ਦੁੱਧ ਜਾ ਰਿਹਾ ਜੋ ਬਿਨਾਂ ਕਰੀਮ ਤੋਂ ਘਿਓ ਤੋਂ। ਹਾਂਜੀ ਹਾਂਜੀ, ਫੈਟ ਫ੍ਰੀ ਹੋ ਗਈ ਜਾਣੀ ਲੱਸੀ ਦੀ, ਫੈਟ ਹਾਂ ਲੱਸੀ ਅਸਲੀ ਬਣੂਗੀ ਇਹਦੀ। ਹਾਂਜੀ ਲੱਸੀ ਪਿਓਰ ਆ ਇਹ, ਪਰ ਫੈਟ ਫ੍ਰੀ ਆ। ਫੈਟ ਫ੍ਰੀ ਹੁੰਦੀ ਆ ਲੱਸੀ ਤਾਂ, ਉਹ ਵੀ ਜਿਹੜੀ ਆਪਾਂ ਘਰਾਂ 'ਚ ਅੱਗੇ ਰਿੜਕ ਕੇ ਕੱਢਦੇ ਹਾਂ, ਉਹਦੀ ਮੱਖਣ ਦਾ ਆਪਾਂ ਚੱਕ ਲੈਂਦੇ ਹਾਂ ਨਾ ਪਹਿਲੀ। ਹਾਂਜੀ, ਉਹ ਅੱਗੇ ਆਪਾਂ ਮਤਲਬ ਰਿੜਕ ਕੇ ਕੱਢਦੇ ਸੀਗੇ ਘੜੇ 'ਚ ਬੁੜੀਆਂ ਰਿੜਕ ਕੇ ਕੱਢਦੀਆਂ ਪਰ ਇਹ ਹੁਣ ਮਤਲਬ ਮਸ਼ੀਨ ਆ ਗਈ, ਮਸ਼ੀਨੀ ਯੁੱਗ ਆ। ਇਹਦੇ ਨਾਲ ਮਤਲਬ ਸਪਰੇਟਾ ਦੁੱਧ ਅਲੱਗ ਹੋ ਜਾਂਦਾ, ਇਹਨੂੰ ਜਾਗ ਲਗਾ ਕੇ ਤੋਂ ਲੱਸੀ ਤਿਆਰ ਹੋ ਜੂਗੀ ਤੇ ਜੋ ਕਰੀਮ ਆ ਉਹ ਤੋਂ ਅਸੀਂ ਘਿਓ ਤਿਆਰ ਕਰਾਂਗੇ। ਹੁਣ ਤੁਸੀਂ ਦੇਖਿਆ ਹੀ ਹੋਊਗਾ ਵੀ ਘਿਓ ਖਾਂਦੇ ਨਹੀਂ ਅੱਜ ਕੱਲ੍ਹ, ਹੈ ਨਾ, ਕਿਉਂਕਿ ਘਿਓ ਖਾਣ ਨਾਲ ਬਿਮਾਰ ਹੋਣ ਲੱਗ ਜਾਂਦੇ ਨੇ, ਕਿਉਂਕਿ ਜਦੋਂ ਨਕਲੀ ਹੈ ਚੀਜ਼ ਨਹੀਂ, ਦੁੱਧ ਪੀਣ ਨਾਲ ਬੰਦਾ ਬਿਮਾਰ ਤਾਂ ਨਹੀਂ ਹੁੰਦਾ ਹੈਗਾ, ਜੇ ਨਕਲੀ ਪੀਓਗੇ ਫਿਰ ਤਾਂ ਬਿਮਾਰ ਹੀ ਹੋਵੋਗੇ ਨਾ। ਇਹਨਾਂ ਦਾ ਘਿਓ ਦਿਖਾਓ ਮੜਾ ਜਿਹਾ, ਘਿਓ ਇਹਨਾਂ ਦਾ ਪੂਰਾ ਟੌਪ ਦਾ ਘਿਓ ਹੁੰਦਾ ਗਾ। ਉਹੀ ਗੱਲ 'ਤੇ ਆ ਰਿਹਾ ਕਿ ਘਿਓ ਦਾ ਰੇਟ ਦੇ ਵਿੱਚ ਵੀ ਬੜਾ ਮਹਿੰਗਾ ਮਿਲ ਜਾਣਾ ਭਾਈ, ਉਹ ਬੜਾ ਮਹਿੰਗਾ ਦੇਸੀ ਘਿਓ ਆਏ ਆ ਜੀ, ਦੇਸੀ ਘਿਓ ਆ ਹੁਣ, ਇਹ ਵੀ ਦੇਸੀ ਘਿਓ ਆ ਇਹ। ਹਾਂਜੀ, ਇਹਦੇ ਵਿੱਚ ਵੀ ਕੋਈ ਫਰਕ ਹੁੰਦਾ ਹੈਗਾ ਕਿ ਹੁਣ ਜਿਵੇਂ ਪੀਲੇ ਰੰਗ ਦਾ ਦਿਖਦਾ, ਕਹਿੰਦੇ ਚਿੱਟੇ ਰੰਗ ਵਾਲਾ ਵੀ ਹੁੰਦਾ ਹੈਗਾ, ਉਹ ਕਾਹਦਾ ਹੁੰਦਾ? ਉਹ ਗਾਈਆਂ ਦਾ ਫਰਕ ਪੈ ਜਾਂਦਾ ਜੀ ਕਈ ਵਾਰੀ, ਗਾਈਆਂ ਮੱਝਾਂ ਦਾ, ਗਾਈਆਂ ਤੋਂ ਘੱਟ ਨਿਕਲਦਾ ਗਾ ਊਂ ਵੀ, ਫੈਟ ਘੱਟ ਹੁੰਦੀ ਹੈ। ਮਤਲਬ ਜਿਹੜਾ ਸੀਐਮ ਦਾ ਘੀ ਹੁੰਦਾ ਥੋੜ੍ਹਾ ਜਿਹਾ ਉਹ ਪੀਲ ਕਿਤੇ ਹੁੰਦਾ ਜੀ, ਜਿਹੜਾ ਬੀਐਮ ਦੁੱਧ ਹੁੰਦਾ ਉਹ ਮਤਲਬ ਪੂਰਾ ਵਾਈਟ ਹੋ ਜਾਂਦਾ ਜੀ। ਹਾਂਜੀ ਹਾਂਜੀ, ਭਾਅ ਜੀ ਫਿਰ ਵੀ ਆਪਾਂ ਇੱਕ ਚੀਜ਼ ਦੇਖ ਲੈਂਦੇ ਹਾਂ, ਅਕਸਰ ਨਾ ਲੋਕ ਕੀ ਚਾਹੁੰਦੇ ਨੇ ਕਿ ਸਾਨੂੰ ਜ਼ਿਆਦਾ ਉਹ ਨਾ ਕਰਨਾ ਪਵੇ, ਸਾਡੀ ਅੱਖੇ ਇਹੋ ਜਿਹੀ ਬਣਾ ਦਿਓ ਕਿ ਅਸੀਂ ਦੇਖਿਆ ਅਤੇ ਕਾਫੀ ਹੱਦ ਤੱਕ ਜਾਣੀ 80% ਦਾ ਚਲੋ ਕੋਈ ਵੀ ਹੈ, 70-80% ਅਸੀਂ ਪਛਾਣ ਲਈਏ ਕਿ ਭਾਈ ਇਹਦੇ ਵਿੱਚ ਆਹ ਫਰਕ ਹੈ, ਇਹ ਮੈਨੂੰ ਸਹੀ ਨਹੀਂ ਲੱਗਦਾ, ਇਹ ਗਲਤ ਲੱਗਦਾ, ਉਹ ਕਿਵੇਂ ਆਪਾਂ ਫਰਕ ਦੇਖ ਦੱਸ ਸਕਦੇ ਹਾਂ ਦਰਸ਼ਕ? ਇਹ ਘਿਓ ਵੈਸੇ ਇਹ ਪਿਘਲ ਜਾਂਦਾ ਹੁੰਦਾ ਧੁੱਪ 'ਚ ਧਰੋਂਗੇ, ਅਤੇ ਜੇ ਧਰੋਂਗੇ ਜੰਮ ਜੂਗਾ ਅਤੇ ਧੁੱਪ ਧਰੋਂਗੇ ਪਿਘਲ ਜੂਗਾ ਇਹ ਘਿਓ, ਅਤੇ ਇੱਕ ਇਹਦੀ ਚਿਕਨਾਹਟ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ 'ਚ। ਜਿਹੜਾ ਆਮ ਘਿਓ ਆ ਉਹ ਹੱਥ 'ਤੇ ਮਲੋਂਗੇ ਮਤਲਬ ਖੁਸ਼ਕ ਹੋ ਜਾਂਦੇ ਨੇ ਹੱਥ, ਇਹਦੇ 'ਚ ਪੂਰੀ ਚਿਕਨਾਹਟ ਹੋਊਗੀ ਘਿਓ ਦੇ ਵਿੱਚ। ਹਾਂਜੀ ਹਾਂ, ਫਿਰ ਭਾਅ ਜੀ ਪਨੀਰ ਦੇ ਵਿੱਚ ਵੀ ਬਹੁਤ ਕਹਿੰਦੇ ਝੋਲਾ ਅੱਜ ਕੱਲ੍ਹ, ਮੈਂ ਐਵੇਂ ਕਹਾਂ ਕਿ ਪਨੀਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ, ਉਹ ਰਬੜੇ ਖਿਲਾਈ ਜਾਂਦੇ ਨੇ ਕਈ ਵਾਰ ਤਾਂ ਲੱਗ ਰਹੀ ਆ, ਕੋਈ ਵੀ ਆਪਣੇ ਪ੍ਰੋਗਰਾਮ ਆ, ਵਿਆਹ ਸ਼ਾਦੀ, ਛੋਟਾ ਪ੍ਰੋਗਰਾਮ ਆ, ਵੱਡਾ ਪ੍ਰੋਗਰਾਮ ਆ, ਪਨੀਰ ਨੂੰ ਹਮੇਸ਼ਾ ਪਹਿਲਾਂ ਮੰਨ ਕੇ ਚੱਲਦੇ ਨੇ, ਕਿਉਂ ਹਰੇਕ ਚੀਜ਼ 'ਚ ਪਹਿਲਾਂ ਪਨੀਰ ਪਾਇਆ ਜਾਂਦਾ ਹੈਗਾ। ਅਤੇ ਹਾਂਜੀ, ਇਹ ਪਨੀਰ ਦੀ ਪਛਾਣ ਤਾਂ ਵੈਸੇ ਕੋਈ ਨਹੀਂ ਹੈਗੀ, ਆਮ ਜਿਹੜਾ ਡੁਪਲੀਕੇਟ ਪਨੀਰ ਵੀ ਆਉਂਦਾ ਕੋਈ ਉਹਦੀ ਪਛਾਣ ਤਾਂ ਹੈ ਨਹੀਂ ਵੈਸੇ, ਪਰ ਸਾਡਾ ਜਿਹੜਾ ਪਨੀਰ ਆ ਅਸੀਂ ਮਤਲਬ ਫੁੱਲ ਫੈਟ 'ਚ ਤਿਆਰ ਕਰਦੇ ਹਾਂ। ਫੁੱਲ ਫੈਟ, ਮੈਂ ਤੁਹਾਡੀ ਗੱਲ ਸਮਝ ਗਿਆ, ਹੁਣ ਜਿਵੇਂ ਆਹ ਬਾਈ ਜੀ ਨੇ ਤੋੜਿਆ ਪੀਸ, ਇਹਦੇ ਵਿੱਚ ਹੁਣ ਜਿਵੇਂ ਆਪਾਂ ਦੇਖ ਸਕਦੇ ਇਹ ਕਿਵੇਂ ਦਾ ਕਹਿ ਸਕਦੇ ਹਾਂ ਕਿ ਤੋੜ ਕੇ ਆਪਾਂ ਨੂੰ ਮਾੜਾ ਮੋਟਾ ਤਾਂ ਪਤਾ ਚੱਲੇ? ਟੇਸਟ ਦਾ ਬਹੁਤ ਫਰਕ ਹੁੰਦਾ, ਜਿਹੜਾ ਮਾਰਕੀਟ 'ਚ ਆਮ ਡੁਪਲੀਕੇਟ ਪਨੀਰ ਆਉਂਦਾ ਹੈਗਾ ਉਹਦੇ ਔਰ ਇਹਦੇ ਟੇਸਟ 'ਚ ਬਹੁਤ ਫਰਕ ਹੋਊਗਾ, ਇਹ ਖਾਣ 'ਚ ਬਹੁਤ ਟੇਸਟੀ ਹੋਊਗਾ ਅਤੇ ਉਹ ਬਿਲਕੁਲ ਫਿੱਕਾ ਖਾਣ 'ਚ ਟੇਸਟ ਨਹੀਂ ਹੋਊਗਾ। ਅੱਛਾ ਹਾਂਜੀ, ਇਹਦੇ ਖਾਣ ਦੇ ਮਤਲਬ ਚਾਹੇ ਇੱਕ ਦੋ ਦਿਨ ਪਿਆ ਵੀ ਰਹਿ ਜਾਵੇ, ਉਸ ਤੋਂ ਬਾਅਦ ਵੀ ਕੋਈ ਟੇਸਟ ਨਹੀਂ ਚੇਂਜ ਹੋਊਗਾ, ਕੁਛ ਨਹੀਂ, ਇਹ ਪੂਰਾ ਵਧੀਆ ਰਹੂਗਾ। ਫਿਰ ਵੀ ਜੇ ਆਪਾਂ ਕੋਈ ਦੇਸੀ ਪਨੀਰ ਦੀ ਗੱਲ ਕਰਦੇ ਹਾਂ, ਜਾਂ ਦੇਸੀ ਪਨੀਰ ਕਿੰਨਾ ਕੁ ਟਾਈਮ ਆਪਾਂ ਜਿਵੇਂ ਹੁਣ ਆਹ ਪਨੀਰ ਆ ਆਪਣਾ ਜਮੀ, ਇਹ ਦੇਸੀ ਹੈ, ਮੈਂ ਹੁਣ ਆਇਆ ਸੀ ਜਦੋਂ ਉਦੋਂ ਦੇਖਿਆ, ਇਹ ਜਮੀ ਦੇਸੀ ਹੈ ਅਤੇ ਇਹ ਕਿੰਨੇ ਕੁ ਦਿਨ ਵਾਸਤੇ ਜਾਣੀ ਸਹੀ ਰਹੂਗਾ? ਇਹ ਮਤਲਬ 4-5 ਕੁ ਦਿਨ ਵੈਸੇ ਸਟੋਰ ਹੁੰਦਾ ਹੈਗਾ ਉਹ ਵੀ ਫਰਿੱਜ ਦੇ ਵਿੱਚ। ਹਾਂਜੀ, ਉਸ ਤੋਂ ਬਾਅਦ ਇਹ ਫਿਰ ਖਾਣ ਯੋਗਾ ਨਹੀਂ ਹੁੰਦਾ, ਖੱਟਾ ਹੋ ਜਾਂਦਾ, ਖਰਾਬ ਹੋ ਜਾਂਦਾ ਹੈਗਾ। ਹਾਂਜੀ ਹਾਂ, ਅਸੀਂ ਇਹ ਔਡਰ 'ਤੇ ਤਿਆਰ ਕਰਦੇ ਹਾਂ। ਹਾਂਜੀ ਹਾਂ, ਮੈਂ ਤੁਹਾਡੇ ਨਾਲ ਹੀ ਗੱਲ ਕਰਦਾ, ਤੁਸੀਂ ਔਡਰ 'ਤੇ ਉਹ ਗੱਲ ਕਰ ਲਈ, ਹੁਣ ਮੰਨ ਲਓ ਕਿਸੇ ਨੇ ਔਡਰ ਦਿੱਤਾ, ਫਿਰ ਤੁਸੀਂ ਇੰਨਾ ਤਿਆਰ ਕਿਵੇਂ ਛੇਤੀ ਕਰ? ਅਸੀਂ ਆਪਣੀ ਲਿਮਿਟ ਦੇ ਹਿਸਾਬ ਨਾਲ ਹੀ ਔਡਰ ਲੈਂਦੇ ਹਾਂ, ਅਸੀਂ ਕੁਛ ਵੀ ਅਗਲੇ ਨੂੰ ਕਹਿੰਦੇ ਹਾਂ ਵੀ ਸਾਨੂੰ 2 ਦਿਨ ਪਹਿਲਾਂ ਔਡਰ ਦਿਓ ਵੀ ਤਾਂ ਤੁਹਾਡਾ ਪਨੀਰ ਤਿਆਰ ਹੋਊਗਾ, ਕੁਛ ਅਸੀਂ ਸੈਂਟਰ 'ਚੋਂ ਵੀ ਦੁੱਧ ਲੈਂਦੇ ਹਾਂ, ਕੁਛ ਸਾਡੇ ਆਪਣਾ ਘਰ ਦਾ ਦੁੱਧ ਆ ਅਤੇ ਉਹਦੇ ਤੋਂ ਤਿਆਰ ਕਰਦੇ ਹਾਂ। ਫਿਰ ਜਿਵੇਂ ਤੁਸੀਂ ਉਹ ਦਰਸ਼ਕ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸ਼ਾਰਟਸ ਵੀ ਚੱਲ ਰਹੇ ਹੋਣਗੇ ਕਿ ਇਹਨਾਂ ਨੇ ਪ੍ਰੋਪਰ ਮਸ਼ੀਨਾਂ ਟਾਈਪ ਰੱਖਿਆ ਹੋਇਆ ਕਿ ਮਸ਼ੀਨ ਲਾ ਕੇ ਹੀ ਤੁਸੀਂ ਜਿਹੜਾ ਚੋਇਆ ਜਾਂਦਾ ਆ, ਹੈ ਨਾ, ਅਤੇ ਆਹ ਹੁਣ ਬਰਫੀ ਪਈ ਆ, ਇਹ ਕਿਹੜੀ ਖੋਏ ਦੀ ਬਰਫੀ ਹੈ? ਹਾਂਜੀ ਪਿਓਰ, ਬਿਲਕੁਲ ਇਹ ਖੋਏ ਦੀ ਬਰਫੀ ਹੈ। ਹਾਂਜੀ ਹਾਂ, ਕੈਮਰਾ ਮੈਨੂੰ ਜ਼ਰੂਰ ਕਹੂੰਗਾ ਕਿ ਕਲੋਜ਼ ਹੋ ਕੇ ਦਿਖਾਉਣ, ਇਹ ਮਤਲਬ ਪਿਓਰ ਖੋਏ ਦੀ ਬਰਫੀ ਹੈ ਜੀ। ਬਹੁਤ ਘੱਟ ਮਿੱਠਾ, ਆਮ ਤਾਂ ਜ਼ਿਆਦਾਤਰ ਚੀਨੀ ਉਹ ਵੇਚੀ ਜਾਂਦੇ ਨੇ, ਜਿੰਨੇ ਵੀ ਹੋਟਲ ਵਾਲੇ ਆ ਕੋਈ ਵੀ ਆ, ਚੀਨੀ ਵੱਧ ਪਾ ਕੇ ਤਿਆਰ ਕਰੀ ਜਾਂਦੇ ਆ, ਅੱਧੋ ਅੱਧੀ ਚੀਨੀ 'ਤੇ ਪਾ ਦਿੰਦੇ ਆ, ਇਹਦੇ ਵਿੱਚ ਬਿਲਕੁਲ ਨੋਰਮਲ 150-200 ਗ੍ਰਾਮ ਚੀਨੀ ਪਾ ਕੇ ਤਿਆਰ ਕਰੀ ਵੀ ਬਰਫੀ ਹੈ ਜੀ। ਇੱਕ ਗੱਲ ਮੈਂ ਤੁਹਾਨੂੰ ਦਰਸ਼ਕੋ ਜ਼ਰੂਰ ਦੱਸਾਂ ਕਿ ਬਰਫੀ ਨੂੰ ਜਿਵੇਂ ਹੀ ਆਪਾਂ ਮਤਲਬ ਮੂੰਹ 'ਚ ਵਿੱਚ ਰੱਖਦੇ ਹਾਂ ਨਾ, ਜਿਵੇਂ ਐਂ ਨਹੀਂ ਹੈਗਾ ਕਿ ਬਹੁਤ ਚੱਬਣੀ ਪੈਣੀ ਆ ਜਾਂ ਐਂ ਕੁਛ ਕਰਨਾ, ਮੂੰਹ 'ਚ ਰੱਖਦੇ ਸਾਰੇ ਹੀ ਐਂ ਪਿਘਲ ਜਾਂਦੀ ਆ ਜਿਵੇਂ ਬਰਫ਼ ਪਿਘਲਦੀ ਹੁੰਦੀ ਹੈ। ਭਾਅ ਜੀ ਮੈਂ ਮੇਰਾ ਸਵਾਲ ਹਮੇਸ਼ਾ ਉਹੀ ਰਹੂਗਾ ਕਿ ਲੋਕ ਜ਼ਹਿਰ ਖਾ ਰਹੇ ਨੇ, ਜੇ ਆਪਾਂ ਕਹਿ ਸਕਦੇ ਹਾਂ
सरकार नूं इह चीज़ ते गौर करनी चाहीदी आ। देखो खाण वाली चीज़ आ, चाहे मैं शहद बेच दांगा, ठीक है, ये दुध दा आपदा प्रोडक्ट बना के बेचते हैं, जे ये गलत बेचण जां मैं गलत बेचा, ठीक है, साढ़े ते बनदी कार्रवाई करनी चाहीदी सरकार नूं, क्योंकि इहदे नाल बच्चियां ने भी खाणा गा, ये नशा तो है नहीं, ठीक है, असीं जवाक भी तगड़े करन वास्ते कोई किलो दुध लैंदा, कोई दो किलो लैंदा, ठीक है जी, ये चीज़ आ। ਵੈਸੇ ਪਿਓਰਟੀ ਨੂੰ ਚਲਾਉਣ ਨੂੰ ਸਮਾਂ ਤਾਂ ਲੱਗਦਾ ਗਾ, ਸਾਨੂੰ ਸਮਾਂ ਤਾਂ ਲੱਗਿਆ, ਸੰਘਰਸ਼ ਤਾਂ ਹੋਇਆ ਸਾਡਾ, ਸੰਘਰਸ਼ ਕਰਨਾ ਪੈਂਦਾ, ਠੀਕ ਹੈ, ਪਰ ਲੋਕ ਮੁੱਲ ਦਿੰਦੇ ਨੇ, ਇਹੀ ਚੀਜ਼ ਨਹੀਂ ਹੈਗੀ, ਲੋਕ ਮੁੱਲ ਦਿੰਦੇ ਨੇ, ਜਿਹੜਾ ਇੱਕ ਵਾਰੀ ਚੀਜ਼ ਲੈ ਗਿਆ ਉਹ ਲੈ ਕੇ ਹੀ ਜਾਊਗਾ। ਹੁਣ ਬਿਲਕੁਲ ਮੈਂ ਕਹਿੰਦਾ ਹੁਣ ਆਪਾਂ ਬਰਫੀ ਖਾਧੀ ਆ, ਖੋਏ ਦੀ, ਆਪਾਂ ਤੁਹਾਨੂੰ ਬਰਫੀ ਖੋਆ ਬਣਦਾ ਵੀ ਦਿਖਾ ਦਿੰਦੇ ਹਾਂ, ਇੱਕ ਸਾਈਡ 'ਤੇ ਆਹ ਖੋਆ ਬਣ ਰਿਹਾ, ਇਹ ਤੁਸੀਂ ਮੈਂ ਸ਼ੋਰਟਸ ਤੁਸੀਂ ਦੇਖੇ ਹੋਣਗੇ ਕਿ ਪਹਿਲਾਂ ਜਦੋਂ ਦੁੱਧ ਨੂੰ ਪਾਇਆ ਗਿਆ ਅਸੀਂ ਉਦੋਂ, ਅਤੇ ਉਸ ਤੋਂ ਬਾਅਦ ਜਦੋਂ ਦੀ ਮਸ਼ੀਨ ਚੱਲ ਰਹੀ ਹੈ ਕਿ ਲਗਾਤਾਰ ਚੱਲਦੀ ਗਈ, ਅਤੇ ਹੁਣ ਖੋਆ ਆ ਜਿਹੜਾ ਉਹ ਥੋੜ੍ਹਾ ਥੋੜ੍ਹਾ ਨਿਕਲਣਾ ਵੀ ਸ਼ੁਰੂ ਹੋ ਚੁੱਕਿਆ। ਭਾਅ ਜੀ ਫਿਰ ਖੋਏ ਦੀ ਵੀ ਫਿਰ ਆਪਾਂ ਫੁੱਲ ਗਰੰਟੀ ਲੈ ਰਹੇ ਹਾਂ? ਹਾਂਜੀ ਪੂਰੀ, ਸੋ 100% ਗਰੰਟੀ ਆ ਖੋਏ ਦੀ ਆਪਣੀ, ਪੂਰਾ ਪਿਓਰ ਦੁੱਧ ਪਾਇਆ ਵਾ ਇਹਦੇ ਵਿੱਚ, ਪੂਰਾ ਪਿਓਰਟੀ ਨਾਲ ਖੋਆ ਤਿਆਰ ਕਰਦੇ ਹਾਂ, ਅਤੇ 350 ਰੁਪਏ ਰੇਟ ਅਸੀਂ ਇਹਨੂੰ ਸੇਲ ਕਰਦੇ ਹਾਂ। ਖੋਏ ਦੇ ਵਿੱਚ ਵੀ ਮੈਂ ਕਹਾਂ ਕਿ ਉਹ 'ਚ ਵੀ ਕੰਮ ਆਪਣਾ ਉਲਟਾ ਸਿੱਧਾ ਜੀ ਆ, ਉਹ ਕਿਵੇਂ ਦੇਖੀਏ ਫਿਰ? ਖੋਏ ਦੀ ਵੀ ਆਈਟਮ ਬਣਦੀ ਆ, ਕੋਈ ਵੀ ਆ ਉਹਦੇ ਵਿੱਚ ਖੋਆ ਤਾਂ ਹੁੰਦਾ ਨਹੀਂ, ਸਭ ਡੁਪਲੀਕੇਟ ਮਾਲ ਤਿਆਰ ਹੁੰਦਾ ਗਾ। ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ, ਕਿ ਦਰਸ਼ਕ ਇਹ ਕਹਿ ਦਿੰਦੇ ਨੇ ਕਿ ਤੁਸੀਂ ਜਿੰਨਾ ਮਰਜ਼ੀ ਪਿਓਰ ਕਰ ਲਿਓ, ਮੰਨ ਲਓ ਤੁਸੀਂ ਆਹ ਵੀ ਪਿਓਰ ਕਰਤਾ, ਆਹ ਵੀ ਤੁਸੀਂ ਆਪਣਾ 100% ਦੇ ਤਾ, ਸਾਰਾ ਕੁਛ ਪਿਓਰ ਕਰਤਾ, ਪਰ ਕਹਿੰਦੇ ਜਿਹੜਾ ਡੰਗਰ ਖਾਂਦਾ ਆ ਉਹ ਥੋੜ੍ਹੀ ਔਰਗੈਨਿਕ ਖਾ ਰਿਹਾ, ਪਹਿਲਾਂ ਖੇਤਾਂ ਦੇ ਵਿੱਚ ਚਰਦੇ ਸੀ, ਕਹਿੰਦੇ ਉਸ ਚੀਜ਼ ਨੂੰ ਵੀ ਕਿਵੇਂ ਰੋਕਿਆ ਜਾਵੇ ਫਿਰ? ਇਹਦੇ ਪਿੱਛੇ ਦੋਸ਼ ਸਰਕਾਰਾਂ ਦਾ, ਜਿਹੜੇ ਕੀਟਨਾਸ਼ਕ ਕੋਈ ਵੀ ਦਵਾਈਆਂ ਸਭ ਸਰਕਾਰ ਦੇ ਰਹੀ ਆ, ਆਮ ਕਿਸਾਨ ਵਰਤ ਰਿਹਾ, ਉਹਦੀ ਪੈਦਾਵਾਰ ਵਧਾਉਣ ਵਾਸਤੇ ਵਰਤ ਰਿਹਾ, ਠੀਕ ਆ, ਹੁਣ ਪਸ਼ੂਆਂ ਨੂੰ ਭੁੱਖੇ ਤਾਂ ਰੱਖਿਆ ਨਹੀਂ ਜਾ ਸਕਦਾ, ਉਹਨਾਂ ਨੂੰ ਜੋ ਹੈ ਉਹ ਖਵਾਉਣਾ ਪਊਗਾ, ਜੇ ਔਰਗੈਨਿਕ ਪੈਦਾ ਵੀ ਕਰਦੇ ਹਾਂ ਆਪ ਲੈ ਕੇ ਉਹਦੇ 'ਤੇ ਖਰਚਾ ਬਹੁਤ ਆਉਂਦਾ, ਮਾਰਕੀਟ 'ਚ ਉਹ ਰੇਟ ਨਹੀਂ ਹੈਗਾ, ਠੀਕ ਹੈ, ਇਹਦੇ ਪਿੱਛੇ ਸਰਕਾਰ ਦਾ ਦੋਸ਼ ਆ, ਮੇਨ ਸਰਕਾਰ ਨੂੰ ਕੀਟਨਾਸ਼ਕ ਹੋਰ ਕਿਸੇ ਵੀ ਚੀਜ਼ 'ਤੇ ਸੁਧਾਰ ਕਰਨਾ ਚਾਹੀਦਾ, ਠੀਕ ਹੈ, ਇਹਦੀ ਪੈਦਾਵਾਰ ਸਹੀ ਹੋਣੀ ਚਾਹੀਦੀ ਹੈ। ਭਾਅ ਜੀ ਆਪਾਂ ਨੂੰ ਇਹ ਵੀ ਚਾਹੀਦਾ ਕਿ ਆਪਾਂ ਆਪ ਵੀ ਥੋੜ੍ਹੀ ਬਹੁਤੀ ਟਰਾਈ ਕਰਨ ਦੀ ਕੋਸ਼ਿਸ਼ ਤਾਂ ਕਰੀਏ ਕਿ ਹਾਂ ਜੇ ਚਾਹੀਦਾ ਆ। ਅੱਜ ਦੇ ਟਾਈਮ 'ਚ ਵੈਸੇ ਖਰਚਾ ਬਹੁਤ ਆ ਜਾਂਦਾ ਜੀ ਉਹਦੇ 'ਤੇ, ਤੇਲ ਉਹਦੇ, ਹਾਂਜੀ, ਉਨੀ ਲਾਗਤ ਨਹੀਂ ਮਿਲਦੀ, ਲੇਬਰ ਵੱਧ ਆਉਂਦੀ ਆ, ਖਰਚਾ ਵੱਧ ਆਉਂਦਾ, ਸਮਾਂ ਵੱਧ ਲੱਗਦਾ ਉਹਦੇ 'ਤੇ, ਸਮਾਂ ਅੱਜ ਦੇ ਟਾਈਮ 'ਚ ਤੁਸੀਂ ਦੇਖਿਆ ਵੀ ਕਿਸੇ ਕੋਲ ਹੈ ਹੀ ਨਹੀਂ, ਠੀਕ ਹੈ ਜੀ, ਉਹਦੇ ਕਰਕੇ ਤਿਆਰ ਨਹੀਂ ਹੁੰਦਾ, ਜੋ ਮਿਲਦਾ ਬਾਜ਼ਾਰ 'ਚੋਂ ਜਾਂ ਆਪ ਪੈਦਾ ਕਰਦੇ ਹਾਂ ਉਹਦੀ ਛੇਤੀ ਪੈਦਾਵਾਰ ਕਰਕੇ ਉਹ ਰੇਹ ਦਵਾਈਆਂ ਜੋ ਵੀ ਪੈਦਾ ਉਹਦੇ ਛਿੜਕਾਅ ਹੁੰਦਾ ਗਾ ਉਹ ਵਰਤਿਆ ਜਾਂਦਾ। ਹਾਂ ਗ੍ਰੀਨ ਹੀ ਮਾਰਦੇ ਆ, ਜਿਹੜੀਆਂ ਗ੍ਰੀਨ ਸਾਇਨ ਵਾਲੀਆਂ ਦਵਾਈਆਂ ਆਉਂਦੀਆਂ ਨੇ ਹਰੇ ਚਾਰੇ 'ਤੇ, ਉਹੀ ਮਾਰਦੇ ਜ਼ਿਆਦਾਤਰ। ਹਾਂ ਬਸ ਉਹੀ ਹੈ ਗੱਲ ਆ ਵੀ ਸਾਨੂੰ ਪਤਾ ਹੀ ਨਹੀਂ, ਮਤਲਬ ਕਿਹੜਾ ਤੱਤ ਪਿਆ ਹੋਇਆ ਗਾ, ਉਨੀ ਸਾਨੂੰ ਨੌਲੇਜ ਨਹੀਂ ਹੈਗੀ, ਹੈ ਨਾ, ਕੁਛ ਜੰਗਲਾਂ ਰਿਕਮੈਂਡਡ ਹੋਣੀਆਂ ਚਾਹੀਦੀਆਂ ਨੇ, ਯੂਨੀਵਰਸਿਟੀ ਕਿੰਨੀ ਹੈਗੀਆਂ ਮੈਨੂੰ ਕੁਛ ਦਵਾਈਆਂ, ਜਿੰਨਾ ਕੁ ਸਾਨੂੰ ਪਤਾ ਲੱਗਦਾ ਗਾ ਉਨੀਆਂ ਕੁ ਤਾਂ ਕਰਦੀ ਹਾਂ ਜੀ, ਕੋਸ਼ਿਸ਼ ਕਰਦੇ ਹਾਂਗੇ। ਹਾਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਵੀ ਕਿਸੇ ਨੇ ਚੀਜ਼ ਖਾਣੀ ਆ, ਸਾਡਾ ਇਹੀ ਉਹ ਆ ਵੀ ਕਿਸੇ ਦੇ ਢਿੱਡ 'ਚ ਪਾਉਣੀ ਆ ਚੀਜ਼, ਮਾੜੀ ਨਹੀਂ ਪਾਉਣੀ ਹੈਗੀ। ਜੇ ਆਪਾਂ ਆਪਣੇ ਮੱਝਾਂ ਗਾਵਾਂ ਤੋਂ ਲੈ ਵੀ ਰਹੇ ਹਾਂ ਤਾਂ ਉਹਨਾਂ ਨੂੰ ਜੇ ਵਧੀਆ ਖਵਾਵਾਂਗੇ ਤਾਂ ਹੀ ਉਹ ਵਧੀਆ ਚੀਜ਼ ਗਾਹਾਂ ਦੇਣਗੇ। ਬਿਲਕੁਲ ਆਪਾਂ ਇਹੀ ਚੀਜ਼ ਦਾ ਧਿਆਨ ਰੱਖਦੇ। ਹਾਂਜੀ ਹਾਂ ਭਾਅ ਜੀ, ਇੱਕ ਫਿਰ ਵੀ ਇੱਕ ਚੀਜ਼ ਚਾਹੀਦੀ ਵੀ ਆ ਕਿ ਮੰਨ ਲਓ ਜੇ ਡੰਗਰ ਆਪਣੇ ਘੁੰਮਣ ਨੂੰ ਜੇ ਆਪਾਂ ਦੇਖਦੇ ਹਾਂ ਕਿ ਕੀਟਨਾਸ਼ਕ ਬਹੁਤ ਨੇ, ਫਿਰ ਵੀ ਆਪਾਂ ਨੂੰ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਕਿ ਆਪਾਂ ਡੰਗਰਾਂ ਨੂੰ ਬਾਹਰ ਘੁਮਾਈਏ ਥੋੜ੍ਹਾ ਜਿਹਾ, ਬਾਹਰਲੀ ਜਿਹੜੀ ਆ ਦਾਣਾ ਦੂਣਾ ਜਿਹੜੀਆਂ ਆਪਾਂ ਦੂਈਆਂ ਪਾਉਣ ਨਾਲੋਂ, ਦਾਣਾ ਤਾਂ ਆਪਦਾ ਹੀ ਬਣਾਉਂਦੇ ਨੇ, ਸਾਰਾ ਆਪਦਾ ਹੀ ਬਣਾਉਂਦੇ ਤਿਆਰ ਕਰਵਾ ਕੇ। ਹਾਂਜੀ ਹਾਂ, ਆਪਦਾ ਤਿਆਰ ਕਰਾ ਕੇ ਲੈ ਕੇ ਆਉਂਦੇ ਹਾਂ, ਕੋਈ ਬਾਹਰੋਂ ਫੀਡ ਨਹੀਂ ਵਰਤਦੇ ਹੈਗੇ, ਅਤੇ ਇਹ ਸਾਰਾ ਆਪ ਕੋਲ ਬਹਿ ਕੇ ਵਧੀਆ ਵਧੀਆ ਚੀਜ਼ਾਂ ਉਹ 'ਚ ਪਵਾ ਕੇ ਅਤੇ ਕੋਲ ਬੈਠ ਕੇ ਤਿਆਰ ਕਰਵਾ ਕੇ ਲੈ ਕੇ ਆਉਂਦੇ ਹਾਂ। ਬਹੁਤ ਬਹੁਤ ਧੰਨਵਾਦ, ਅਤੇ ਦਰਸ਼ਕ ਦੇਖ ਰਹੇ ਹੋਣਗੇ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤੁਸੀਂ ਨਾ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਭਾਅ ਜੀ। ਮੇਰਾ ਮੋਬਾਈਲ ਨੰਬਰ 7705 56 152, 7705 56 152 ਜੀ। ਭਾਅ ਜੀ ਇੱਕ ਮੈਂ ਜਾਂਦਾ ਜਾਂਦਾ ਹੋਰ ਤੁਹਾਨੂੰ, ਸਾਡੇ ਦਰਸ਼ਕ ਸੋਚ ਰਹੇ ਹੋਣਗੇ ਕਿ ਇੱਕ ਸਵਾਲ ਤਾਂ ਰਹਿ ਗਿਆ, ਮੰਨ ਲਓ ਕੋਈ ਚਾਹੁੰਦਾ ਕਿ ਭਾਈ ਬਰਫੀ ਦੇ ਦਿਓ, ਜੇ ਮੰਨ ਲਓ ਵੀ ਬਾਹਰ ਬੈਠਾ ਅਤੇ ਉਹਨੇ ਜੇ ਬਰਫੀ ਮੰਗਾਉਣੀ ਹੋਵੇ ਫਿਰ ਤੁਸੀਂ ਕੁਰੀਅਰ ਕਾਰੀਅਰ ਕਰ ਦੋਗੇ? ਹਾਂਜੀ ਪਾਰਸਲ ਹੋ ਜਾਂਦਾ ਜੀ ਬਾਹਰ, ਜਿੱਥੇ ਮਰਜ਼ੀ ਜਿਹੜੀ ਮਰਜ਼ੀ ਕੰਟਰੀ ਜਿੱਥੇ ਕਹੋ, ਹਾਂਜੀ ਹਾਂ ਉੱਥੇ ਪਾਰਸਲ ਹੋ ਜੂਗਾ। ਹਾਂਜੀ ਇੱਕ ਵਾਰੀ ਤੁਸੀਂ ਆਪਣਾ ਕਾਲ ਕਰਕੇ ਸਾਨੂੰ ਸੇਵਾ ਦਾ ਮੌਕਾ ਦੇ। ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਆਪਣਾ ਸਮਾਂ ਦਿੱਤਾ। ਦਰਸ਼ਕੋ ਅਸੀਂ ਵੀ ਕੋਸ਼ਿਸ਼ ਕੀਤੀ, ਜਿਵੇਂ ਬਾਈ ਜੀ ਨੇ ਵੀ ਦੱਸਿਆ ਕਿ ਭਾਈ ਦਾਣਾ ਵੀ ਆ ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਣੇ ਹੀ ਤਿਆਰ ਕਰਾਈਏ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਇੱਕ ਐਸੀ ਧਰਤੀ ਹੈ ਜਿਹਦੇ ਵਿੱਚ ਸਭ ਕੁਝ ਮੱਖਣ ਦੁੱਧ ਦੇ ਨਾਂ ਤੋਂ ਬੜਾ ਮਸ਼ਹੂਰ ਹੈ ਕਿ ਭਾਈ ਉੱਥੇ ਬੜਾ ਪਿਓਰ ਮਿਲਦਾ, ਪਰ ਜਦੋਂ ਗੱਲਾਂ ਬਾਤਾਂ ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਟੀ ਵੀ ਦੇ ਉੱਤੇ ਨਿਊਜ਼ਾਂ ਦੇਖਦੇ ਹਾਂ, ਜਦੋਂ ਐਸੀਆਂ ਖਬਰਾਂ ਦੇਖਦੇ ਹਾਂ ਕਿ ਭਾਈ ਇੰਨੇ ਕਿਲੋ ਖੋਆ ਗਲਤ ਫੜਿਆ ਗਿਆ, ਖਰਾਬ ਫੜਿਆ ਗਿਆ, ਜਾਲੀ ਫੜਿਆ ਗਿਆ, ਪਨੀਰ ਆਏ ਨਿਕਲਿਆ, ਦੁੱਧ 'ਚ ਆਹ ਕੁਛ ਨਿਕਲਿਆ, ਫਿਰ ਬੜਾ ਦੁੱਖ ਲੱਗਦਾ।
पर असी कोशिश करते रहने हुन्ने आ कि एक छोटी जी जागरत जिथे माड़ा जा बाई छोटी जी चाहे कोशिश करे, क्योंकि कहिंदे ना डुब्बदे नूं तिणके दा ही सहारा हुंदा, ये शायद उही सहारा है। बाई कोशिश कर रहा है, मैं यही उम्मीद रखूँगा इस वीडियो राही कोई ना कोई मेरा वीर मोटिवेट जरूर होया होगा, कोई ऐसी उहदे विच भी होगा कि यार मैं भी प्योर कढ़ा, मैं भी प्योर करके लोगों को खवावां, मैं ध्यान रखा इस चीज़ का। उम्मीद रखेंगे तुहानू ये वीडियो चंगी लगी होगी, इस वीडियो में वध तो वध शेयर करो। तद तक लई मैनू जानी हरविंदर खन्ने नूं दो इजाजत, दे दे रहो रैम टीवी, धन्यवाद।